ਇਹ ਨਾ ਪਤਨੀਆਂ ਦੇ ਲਿਆਵਾ ਦੁੱਤਕੇ ਹੁੰਦੇ ਨੇ ਉਹ ਪਤਨੀਆਂ ਵਾਸਤੇ ਜ਼ੋਰਦਾਰ ਤਾਲੀਆਂ ਮਾਰੋ। ਇੱਕ ਬੰਦੇ ਨੂੰ ਪੁੱਛਿਆ ਵੀ ਵਿਆਹ ਤੋਂ ਬਾਅਦ ਤੂੰ ਕੀ ਮਹਿਸੂਸ ਕਰਦਾ? ਉਹ ਕਹਿੰਦੇ ਕੋਈ ਖਾਸ ਫਰਕ ਨਹੀਂ ਹੈਗਾ, ਪਹਿਲਾਂ ਮੈਂ ਬੀਬੀ ਦੀ ਸੁਣਦਾ ਸੀ, ਹੁਣ ਮੈਂ ਬੀਬੀ ਦੀ ਸੁਣਦਾ। ਵੈਸੇ ਨਾ ਮੈਂ ਜਿੰਨੇ ਪਤੀ ਹੈਗੇ ਨੇ ਨਾ ਬੈਠੇ ਹੋਏ, ਮੈਂ ਉਹਨਾਂ ਨੂੰ ਇੱਕ ਨਸੀਹਤ ਇਹ ਦੇਣਾ ਚਾਹੁੰਦਾ ਕਿ ਜਦੋਂ ਪਤਨੀ ਬੋਲ ਰਹੀ ਹੋਵੇ ਨਾ ਚੁੱਪ ਰਹੋ, ਤੇ ਜਦੋਂ ਪਤਨੀ ਚੁੱਪ ਰਹੇ ਉਦੋਂ ਚੁੱਪ ਰਹੋ, ਜ਼ਿੰਦਗੀ ਬੜੀ ਖੁਸ਼ਹਾਲ ਬਣ ਜਾਏਗੀ। ਉਹ ਹੋਇਆ ਜਦੋਂ ਨਾ ਪਤੀ ਜਾਂਦਾ ਨਾ ਘਰੋਂ ਬਾਹਰ, ਉਹ ਮੂੰਹ ਧੋ ਕੇ ਜਾਂਦਾ, ਤੇ ਜਦੋਂ ਪਤਨੀ ਮੂੰਹ ਧੋ ਲਵੇ ਨਾ ਇਹਦਾ ਮਤਲਬ ਉਹਨੇ ਕਿਤੇ ਨਹੀਂ ਜਾਣਾ। ਦਿੱਲੀ ਵਿੱਚ ਇੱਕ 3-wheeler ਡਰਾਈਵਰ ਜਾ ਰਿਹਾ ਸੀ ਤੇ ਉਹਦੇ ਵਿੱਚ ਇੱਕ ਕੁੜੀ ਬੈਠੀ ਹੋਈ ਸੀ। ਬਾਰਿਸ਼ ਹੋ ਰਹੀ ਸੀ ਬਹੁਤ ਜ਼ੋਰ ਦੀ ਤੇ ਰੈੱਡ ਲਾਈਟ ਆ ਗਈ ਤਾਂ ਉਹ ਖੜ ਗਿਆ ਉੱਥੇ, ਤੇ ਉਹ ਕੁੜੀ ਉਹਨੂੰ ਕਹਿਣ ਲੱਗੀ ਨਹੀਂ ਬਾਈ ਰੈੱਡ ਲਾਈਟ ਕ੍ਰਾਸ ਕਰ ਜਾ ਕਿਉਂਕਿ ਮੈਂ ਹੁਣੇ ਫੇਸ ਕਰਾ ਕੇ ਆਈ ਹਾਂ, ਮੇਕਅਪ ਕਰਾ ਕੇ ਆਈ ਹਾਂ, ਤੇ ਜੇ ਮੈਂ ਇੱਥੇ ਖੜੀ ਰਹੀ ਤੇ ਬਾਰਿਸ਼ ਨਾਲ ਤਾਂ ਮੇਰੀ 5000 ਦੀ ਮੇਕਅਪ ਜਿਹੜੀ ਹੈ ਉਹ ਸਾਰੀ ਉਤਰ ਜਾਏਗੀ। ਉਹ ਕਹਿੰਦਾ ਜੇ ਮੈਂ ਰੈੱਡ ਲਾਈਟ ਕ੍ਰਾਸ ਕਰ ਦਿੱਤੀ ਤੇ ਸਿਪਾਹੀ ਨੇ ਮੈਨੂੰ ਮਾਰ ਮਾਰ ਕੇ ਮੇਰਾ ਬੂਥਾ ਫੇਸ ਫਰੀ ਬਣਾ ਦੇਣਾ। ਸੋ ਇਹ ਗੱਲਾਂ ਹੁੰਦੀਆਂ ਨੇ ਜੀ। ਇੱਕ ਪਤੀ ਆਇਆ ਦਫ਼ਤਰੋਂ ਖੁਸ਼ੀ ਖੁਸ਼ੀ ਹੱਸਦਾ ਖੇਡਦਾ, ਆਉਂਦਿਆਂ ਸਾਰ ਪਤਨੀ ਨੂੰ ਖੁਸ਼ਖਬਰੀ ਸੁਣਾਈ, ਇਹ ਦੇਖ ਇਹ ਪੇਪਰ ਦੇਖ ਮੇਰੀ ਪ੍ਰਮੋਸ਼ਨ ਹੋ ਗਈ ਹੈ, ਮੈਂ ਡਿਪਟੀ ਡਾਇਰੈਕਟਰ ਬਣ ਗਿਆ, ਇਹ ਦੇਖ ਲੈਟਰ। ਪਤਨੀ ਕਹਿੰਦੀ ਇਹ ਲੈਟਰ ਨੂੰ ਨਾ ਟੀਵੀ ਤੇ ਰੱਖ ਦਿਓ, ਫੜੋ ਥੈਲਾ ਸਬਜ਼ੀ ਲੈ ਕੇ ਆਓ, ਬਾਅਦ ਜਾ ਕੇ ਦੇਖਾਂਗੇ। ਇੱਕ ਬੰਦਾ ਡਾਕਟਰ ਕੋਲ ਜਾਂਦਾ ਤੇ ਡਾਕਟਰ ਨੂੰ ਕਹਿੰਦਾ ਡਾਕਟਰ ਸਾਹਿਬ ਇਹ ਜਿਹੜਾ ਪੇਨ ਕਿਲਰ ਹੁੰਦਾ ਇਹਨੂੰ ਕਿਵੇਂ ਪਤਾ ਲੱਗਦਾ ਕਿ ਪੇਨ ਕਿੱਥੇ ਹੈ? ਉਹ ਕਹਿੰਦਾ ਵੀ ਇਹ ਪੇਨ ਕਿਲਰ ਬਿਲਕੁਲ ਪਤਨੀ ਵਰਗਾ ਹੁੰਦਾ, ਉਹਨੂੰ ਪਤਾ ਹੈ ਕਿ ਕਿਹੜੀ ਬਿਮਾਰੀ ਕਿੱਥੇ ਹੈਗੀ ਹੈ, ਕਿਹੜੀ ਨਵਰ ਦੁਖਦੀ ਹੈ ਤੇ ਕਿਹੜੀ ਰੱਗ ਤੇ ਹੱਥ ਧਰਨਾ। ਇੱਕ ਪਤੀ ਗਿਆ ਸਾਧ ਕੋਲ ਤੇ ਸਾਧ ਨੂੰ ਜਾ ਕੇ ਕਹਿੰਦਾ ਮੇਰੀ ਪਤਨੀ ਮੈਨੂੰ ਪਿਆਰ ਨਹੀਂ ਕਰਦੀ। ਇਹ ਤਾਂ ਸਾਰੇ ਹੀ ਕਹਿੰਦੇ ਨੇ, ਪਤੀ ਕਹਿੰਦੇ ਨੇ ਪਤਨੀਆਂ ਪਿਆਰ ਨਹੀਂ ਕਰਦੀਆਂ, ਪਤਨੀਆਂ ਕਹਿੰਦੀਆਂ ਨੇ ਪਤੀ ਪਿਆਰ ਨਹੀਂ ਕਰਦੇ। ਉਹ ਕਹਿੰਦਾ ਲੈ ਤਵੀਤ ਲੈ ਜਾ ਤੇ 2 ਮਹੀਨਿਆਂ ਬਾਅਦ ਤੇਰੀ ਪਤਨੀ ਪਿਆਰ ਕਰਨ ਲੱਗ ਪਏਗੀ। ਜਦੋਂ 3 ਮਹੀਨੇ ਬਾਅਦ ਗਿਆ ਤੇ ਉਹ ਕਹਿੰਦਾ ਕਿਉਂ ਵੀ ਪਤਨੀ ਪਿਆਰ ਕਰਦੀ ਹੈ? ਕਹਿੰਦਾ ਨਹੀਂ ਕੋਈ ਅਸਰ ਨਹੀਂ ਹੋਇਆ, ਪਰ ਗੁਆਂਢਣ ਪਿਆਰ ਕਰਨ ਲੱਗ ਪਈ ਹੈ। ਉਹ ਕਹਿੰਦਾ ਚੱਲ ਇਫੈਕਟ ਨਹੀਂ ਹੋਇਆ, ਸਾਈਡ ਇਫੈਕਟ ਤਾਂ ਹੋਇਆ। ਇੱਕ ਪਤਨੀ ਕਹਿੰਦੀ ਹੈ ਮੇਰਾ ਪਤੀ ਤਾਂ ਦੇਵਤਾ ਹੈ, ਉਹਦੀ ਬੇਲੀ ਕਹਿੰਦੀ ਵਧਾਈਆਂ ਹੋਣ ਮੇਰਾ ਪਤੀ ਤੋਂ ਅਭੀ ਜੀਵਤਾ ਹੈ। ਇੱਕ ਪਤਨੀ ਕਹਿੰਦੀ ਮੇਰਾ ਪਤੀ ਨਾ ਬੜਾ ਸੁੰਦਰ ਸਾਹ ਹੈ, ਉਹ ਕਿਸੇ ਦੂਸਰੀ ਔਰਤ ਵੱਲ ਦੇਖਦਾ ਹੈ। ਦੂਜੀ ਕਹਿੰਦੀ ਮੇਰਾ ਪਤੀ ਤਾਂ ਹੋਰ ਵੀ 4 ਕਦਮ ਅੱਗੇ ਹੈ, ਉਹ ਮੇਰੇ ਵੱਲ ਵੀ ਨਹੀਂ ਦੇਖਦਾ। ਇੱਕ ਨਾ ਸਿਕਿਉਰਿਟੀ ਗਾਰਡ ਦੀ ਨਾ ਇੰਟਰਵਿਊ ਹੋ ਰਹੀ ਸੀ ਤੇ ਇੰਟਰਵਿਊ ਵਿੱਚ ਸਵਾਲ ਕੀਤਾ ਗਿਆ ਕਿ ਤੁਹਾਨੂੰ ਇੰਗਲਿਸ਼ ਆਉਂਦੀ ਹੈ? ਸਭ ਨੇ ਜਵਾਬ ਦਿੱਤੇ, ਇੱਕ ਬਹੁਤਾ ਹੀ ਸਿਆਣਾ ਸੀ ਉਹ ਕਹਿੰਦਾ ਜੀ ਇੰਗਲਿਸ਼ ਆਉਣੀ ਜ਼ਰੂਰੀ ਹੈ, ਕੀ ਤੁਸੀਂ ਚੋਰ ਇੰਗਲੈਂਡ ਤੋਂ ਮੰਗਾਉਣੇ ਨੇ? ਇੱਕ ਜੰਗਲ ਵਿੱਚ ਇੱਕ ਮੱਝ ਦੌੜੀ ਜਾ ਰਹੀ ਸੀ ਤੇ ਚੂਹੇ ਨੇ ਪੁੱਛਿਆ ਭੈਣੇ ਕੀ ਗੱਲ ਹੋਈ ਹੈ? ਉਹ ਕਹਿੰਦੀ ਹੈ ਜੰਗਲ ਵਿੱਚ ਪੁਲਿਸ ਇੱਕ ਹਾਥੀ ਨੂੰ ਲੱਭ ਰਹੀ ਹੈ। ਉਹ ਕਹਿੰਦਾ ਵੀ ਤੂੰ ਤਾਂ ਮੱਝ ਹੈ। ਉਹ ਕਹਿੰਦੀ ਹੈ ਭਰਾਵਾ ਇਹ ਭਾਰਤ ਹੈ, 20 ਸਾਲ ਲੱਗ ਜਾਣਗੇ ਅਦਾਲਤ ਵਿੱਚ ਇਹ ਸਾਬਤ ਕਰਨ ਵਾਸਤੇ ਕਿ ਮੈਂ ਹਾਥੀ ਨਹੀਂ ਮੱਝ ਹੈ। ਇੱਕ ਨੇਤਾ ਭਾਸ਼ਣ ਦੇ ਰਿਹਾ ਸੀ ਤੇ ਭਾਸ਼ਣ ਵਿੱਚ ਉਹ ਕਹਿੰਦਾ ਕਿ ਲੋਹਾ ਲੋਹੇ ਨੂੰ ਕੱਟਦਾ, ਹੀਰਾ ਹੀਰੇ ਨੂੰ ਕੱਟਦਾ, ਇੰਨੇ ਵਿੱਚ ਹੀ ਉਹਨੂੰ ਇੱਕ ਕੁੱਤੇ ਨੇ ਕੱਟ ਲਿਆ। ਹੱਸਦੇ ਰਹੋ, ਹਸਾਉਂਦੇ ਰਹੋ।